ਆ ਜਾਂਦਾ ਸਾਂ ਤੇ ਵਾਹ ਵਾਹ ਸੁਆਦ ਸੁਆਦ ਆਉਂਦਾ ਹੈ ਤੇ ਸਾਨੂੰ ਵੀ ਬੜਾ ਸ਼ੌਕ ਸੀ ਜੀ ਫਿਰ ਵੱਡਿਆਂ ਨੂੰ ਸ਼ੌਕ ਹੋਵੇ ਤੇ ਪਿੱਛੋਂ ਨਿੱਕਿਆਂ ਵੀ ਉਹ ਹੀ ਕੰਮ ਕਰਨਾ ਹੁੰਦਾ ਔਰ ਕਿਹੜਾ ਕੰਮ ਕਰਨਾ ਹੁੰਦਾ ਸਾਨੂੰ ਵੀ ਸ਼ੌਕ ਸੀ ਅਸੀਂ ਫਿਰ ਬਾਈ ਕੰਮ ਸ਼ੁਰੂ ਕਰ ਲਿਆ ਸਾਖਾ ਚਲੋ ਚਸਮਤ ਲੈਨੇ ਸਾਰੇ ਯਾਰ ਸੱਜਣ ਜਿਹੜੇ ਨੇ ਇਕੱਠੇ ਹੋਣ ਕਰਨ ਦੇ ਜੀ ਚਲੋ ਜਫਾ ਜਫਾ ਮਾਰ ਕੇ ਮਿਲਣ ਦੇ ਬਹਿਣ ਖਲਾਉਣ ਦੇ ਜਿਹੜਾ ਕੋ ਰਿੰਜਰਾ ਦੇ ਵੀ ਹੋਵੇ ਉਹਦੇ ਆਬਾ ਚਲੋ ਰਾਜੀ ਬਾਜੀ ਕਰਾਇਸ਼ ਨਾਲ ਹੋ ਜੇ ਕਰੇ ਦਾ ਕੰਮ ਬਹੁਤ ਪਾਜੀ ਸਮਝਾ ਰਹੇ ਅਸੀਂ ਆਨੇ ਚਲੋ ਦਿਲ ਆਉਜ਼ੂ ਬਿੱਲ੍ਲਾਹਿ ਮਿਨ ਅਸ਼ ਸ਼ੈਤਾਨ ਅਰ ਰਜੀਮ ਬਿਸਮਿਲ੍ਲਾਹਿ ਅਰ ਰਹਿ ਅਸਲਾਮੁਆਲੈਕਮ ਰਹਿਮਤੁਲਲਾਹ ਬਰਕਾਤੁਹ ਨਾਜ਼ਰੀਨ ਤੁਸੀਂ ਵੇਖ ਰਹੇ ਹੋ ਗੋਟ ਸਮਾਸਟਰ ਚੈਨਲ ਤੇ ਮੈਂ ਤੁਹਾਡਾ ਮੇਜ਼ਬਾਨ ਮਲਕ ਫਿਆਜ਼ ਗੋਹਰ ਤੜੇ ਹਿਦਮਤ ਚਾਜ਼ਰਾਂ ਦੋਸਤੋ ਅੱਜ ਮੈਂ ਬੜੀ ਸੋਹਣੀ ਤੇ ਬੜੀ ਪਿਆਰੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਇਆ ਅੱਜ ਮੈਂ ਉਹਨਾਂ ਦੋਸਤਾਂ ਕੋਲ ਆਇਆ ਵਾਂ ਜਿਹੜੇ ਜ਼ਿਲ੍ਹੇ ਗੁਜਰਾਤ ਤੇ ਵਿੱਚ ਬੜੇ ਹੀ ਮਸ਼ਹੂਰ ਨੇ ਬੱਕਰੀਆਂ ਦੇ ਵਾਲੇ ਦੇ ਨਾਲ ਔਰ ਬੱਕਰੀਆਂ ਦਾ ਖਸੂਸੀ ਤੌਰ ਤੇ ਪੇੜ ਵੀ ਕਰਾਉਂਦੇ ਨੇ ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਾਨਾ ਪਾਕਿਸਤਾਨ ਦੇ ਔਰ ਗੁਜਰਾਤ ਸ਼ਹਿਰ ਦੇ ਨੰਬਰ ਬੱਕਰੀਆਂ ਵਾਲਿਆ ਕੋਲੇ ਜਾ ਕੇ ਉਹਨਾਂ ਨੂੰ ਇਨਵਾਈਟ ਕਰ ਦੇਣੇ ਆ ਬੱਕਰੀਆਂ ਦੇ ਭੇੜ ਵਾਤੇ ਤੇ ਇਨਸ਼ਾਅੱਲਾ ਕੁਝ ਦਿਨਾਂ ਤੱਕ ਇਹਨਾਂ ਦੇ ਇਲਾਕੇ ਦੇ ਵਿੱਚ ਇਹਨਾਂ ਦੇ ਪਿੰਡ ਦੇ ਵਿੱਚ ਬੱਕਰੀਆਂ ਦਾ ਭੇੜ ਜੋੜ ਵੀ ਹੋ ਰਿਹਾ ਹੈ ਦੋਸਤਾਂ ਕੇ ਇਨਸ਼ਾਅੱਲਾ ਉਹਨਾਂ ਵਾਤ ਦੋਸਤਾਂ ਦੇ ਇਨਸ਼ਾਅੱਲਾ ਦਾਵਤ ਵੀ ਦੇਣੇ ਆ ਕਿ ਤਸ਼ਰੀਫ ਲੈ ਕੇ ਆਵਣ ਆਪਣੇ ਆਪ ਬੱਕਰੀਆਂ ਨੂੰ ਲੈ ਕੇ ਅਗਰ ਕਿਸੇ ਦੋਸਤ ਤੁਹਾਡੇ ਨਾਂ ਪੈਗਾਮ ਪਹੁੰਚ ਸਕੇ ਕੋਈ ਬੱਕਰਾ ਭਰਾਣਾ ਚਾਇਆ ਤੇ ਬੱਕਰਾ ਆਪਣਾ ਪੜਾ ਸਕਦਾ ਹੈ ਇਹਨਾਂ ਦੀਆਂ ਬੱਕਰੀਆਂ ਵੇਖੋ ਮਾਸ਼ਾਅੱਲਾ ਬੜੇ ਪਿਆਰੇ ਆ ਜੜੀ ਨੇ ਤੇ ਸੋਹਣੀਆਂ ਬੱਕਰੀਆਂ ਨਾਲ ਰੱਖੀਆਂ ਹੋਈਆਂ ਨੇ ਜਿਹੜੇ ਦੋਸਤ ਫਸਟ ਟਾਈਮ ਮੇਰਾ ਚੈਨਲ ਵੇਖ ਰਹੇ ਨੇ ਬਰਾਏ ਮਿਹਰਬਾਨੇ ਉਹਨਾਂ ਕੇ ਮੇਰੀ ਰਿਕਵੈਸਟ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਲਾਇਕ ਸ਼ੇਅਰ ਵੀ ਜ਼ਰੂਰ ਕਰੋ ਔਰ ਵੀਡੀਓ ਮੁਕੰਮਲ ਵੇਖਣੀ ਹੈ ਇਹਨਾਂ ਦੋਸਤਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਾਨੇ ਆ ਬੜੇ ਹੀ ਮਸ਼ਹੂਰ ਬੱਕਰੀਆਂ ਰੱਖਣ ਵਾਲੇ ਮਾਸ਼ਾਅੱਲਾ ਅਸਲਾਮੁਅਲੈਕਮ ਕਮ ਸਲਾਮ ਜਲਾ ਜੀ ਕੀ ਨਾ ਤੁਹਾਡਾ ਜਿਆਦ ਅਜਾਬ ਸਾਹਿਬ ਆਪਣੇ ਇਲਾਕੇ ਦਾ ਨਵੇਂ ਆ ਕਿਸਾਨ ਭਰਾਵਾਂ ਨੂੰ ਤਾਰਫ ਕਰਾ ਛੋਗੇ ਦਾ ਤਾਰਫ ਕਰਾ ਛੋੜੋ ਜਰਾ ਜੀ ਭਾਜੀ ਮਨਚਾ ਸਾਡਾ ਪਿੰਡ ਆਧਾ ਹੀ ਖੂਈ ਤੁਮੀ ਰਾਏ ਕਾਲੇ ਚੱਕਾ ਸਟਾਪ ਤੁਮੀ ਰਾਏ ਜਾਲ ਮੇਰਾ ਨਾਮ ਹੈ ਅਬੇਰਾ ਦਾ ਸਰਦਾਰ ਨਾਮ ਹੈ ਜੀ ਤੇ 22 ਤਰੀਕਾ ਹੈ ਦਿਹਾੜੇ ਭੇਡ ਕਰਾ ਰਹੇ ਆ ਬੱਕਰੀਆਂ ਦੇ ਜੀ ਤੇ ਭਾਜੀ ਦਾਵਾ ਦੇਨੇ ਆ ਯਾਰਾਂ ਸਜਣਾ ਸਾਰਿਆਂ ਨੂੰ ਆ ਜਾਣਾ ਜੀ ਸਾਡੇ ਆਪਣੀ ਪਾਰਟੀ ਹੈ ਅਸਾਂ ਬੱਕਰੇ ਲਿਆਉਣੇ ਨੇ ਦੂਜੀ ਪਾਰਟੀ ਹੈ ਮਜਰੇ ਦੀ ਤੇ ਯੂਨਸੇਬ ਵਾਲਿਆਂ ਆ ਜੀ ਉਹਨਾਂ ਦੀ ਪਾਰਟੀ ਹੈ ਪੰਜ ਪੰਜ ਬੱਕਰੇ ਲੈ ਆਉਣੇ ਨੇ ਉਹਨਾਂ ਮਿਲੇ ਆਉਣੇ ਨੇ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਜਨਾਬ ਕੀ ਬਾਤ ਠੀਕ ਹੈ ਕੋਈ ਮਸਲਾ ਨਹੀਂ ਯਾਨਕਿ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਜੜਿਆ ਦੋਸਤਾਂ ਨੂੰ ਤੁਸੀਂ ਪੈਗਾਮ ਨਹੀਂ ਦਿੱਤਾ ਉਹ ਵੀਡੀਓ ਵੇਖ ਕੇ ਅਗਰ ਵੇਖ ਲੈਣ ਤਾਂ ਰਬਤਾ ਕਰ ਲੈਣ ਤੇ ਬਕਰਿਆ ਆਪਣੇ ਜੀ ਲੈ ਸਕਦੇ ਨੇ ਲਿਆ ਸਕਦੇ ਨੇ ਬਾਸ਼ਕ ਕੋਈ ਮਸਲਾ ਨਹੀਂ ਠੀਕ ਹੈ ਅਸੀਂ ਬਾਜੀ ਆਪਾ ਹਾਲਤ ਦੇ ਵੜਾਚਾਂ ਦੇ ਤੂੰ ਜਿਆਦਾ ਮੈਂ ਮਨਸ਼ਕ ਦਾ ਸਰਦਾਰ ਮੇਰੇ ਬੇਰਾਂ ਦਾ ਨਾਮ ਹੈ ਜੀ ਆ ਜੀਰੀ ਨੇ 16 ਦੇ ਨੇ ਸਾਹ ਭਗਵਾਲ ਦਾ ਜੀ ਅੱਲਾ ਦੇ ਤੇ ਬਿਸ਼ਤੀ ਅੱਲਾ ਜਨਤ ਨਸੀਬ ਕਰੇ ਸੋ ਯਾਤ ਗੜਦਾ ਐ ਭਾਜੀ ਸਾਡੀ ਆਪਣੀ ਪਾਰਟੀ ਹੈ ਬਕਰੇ ਸ਼ਕਰੇ ਨੇ ਇਹਨਾਂ ਦੇ ਤੇ ਸਾਡੀ ਇਹ ਢੇੜ 22 ਤਰੀਕ ਨੂੰ ਅਸੀਂ ਦਾਅਵਾ ਦਿੰਨੇ ਆ ਜਿਹਨਾਂ ਲਈ ਪਗਾਮ ਪੜੇ ਉਹ ਵੀ ਆ ਜਾਣ ਜੀ ਕੋਈ ਮਸਲਾ ਨਹੀਂ ਭਾਜੀ ਅੱਛਾ ਭਾਈ ਜਾਸ ਸਾਹਿਬ ਮੇਰਾ ਤੁਹਾਡੇ ਅਗੇ ਸਵਾਲ ਏ ਕਿ ਮਾਸ਼ਾਅੱਲਾ ਤੁਸੀਂ ਬੱਕਰਿਆਂ ਦੇ ਜਿਹੜੇ ਢੇੜ ਕਰਾਉਂਦੇ ਹੋ ਜੀ ਜੀ ਹਾਂਜੀ ਬੱਕਰਿਆਂ ਦੇ ਮਾਸ਼ਾਅੱਲਾ ਬੜੇ ਹੀ ਪਿਆਰੇ ਤੁਸੀਂ ਜੋੜ ਕਰਾਉਂਦੇ ਹੋ ਮੇਰਾ ਤੁਹਾਡੇ ਕੋਲ ਸਵਾਲ ਏ ਕਿ ਬੱਕਰਿਆਂ ਦਾ ਜੋੜ ਕਰਾਣਾ ਢੇੜ ਕੜਾਣਾ ਤੁਹਾਨੂੰ ਕਿਸ ਤਰ੍ਹਾਂ ਸ਼ੌਕ ਪਿਆ ਲਾਲਾ ਜੀ ਪਾਜੀ ਸ਼ੌਕ ਸਾਜਿਆ ਸਾਡੇ ਅੱਬੂ ਹਰਾਂ ਨੂੰ ਜੀ ਉਹ ਅਸੀਂ ਵੇਂਦੇ ਰਹਿੰਦੇ ਹਾਂ ਨਿੱਕਿਆ ਹੁੰਦੇ ਸੀ ਅਸੀਂ ਵੀ ਨਾਲ ਜਾਂਦੇ ਸੀ ਤੇ ਵਾਹ ਵਾਹ ਸੁਆਦ ਸੁਆਦ ਆਉਂਦਾ ਸੀ ਤੇ ਸਾਨੂੰ ਵੀ ਬੜਾ ਸ਼ੌਕ ਸੀ ਜੀ ਫਿਰ ਵੱਡਿਆਂ ਨੂੰ ਸ਼ੌਕ ਹੋਵੇ ਤੇ ਪਿੱਛੋਂ ਨਿੱਕਿਆ ਵੀ ਕੰਮ ਕਰਨਾ ਹੁੰਦਾ ਹੋਰ ਕਿਹੜਾ ਕੰਮ ਕਰਨਾ ਹੁੰਦਾ ਠੀਕ ਹੈ ਸਾਨੂੰ ਵੀ ਸ਼ੌਕ ਸੀ ਅਸੀਂ ਫਿਰ ਵੀ ਕੰਮ ਸ਼ੁਰੂ ਕਰ ਲਿਆ ਅਸੀਂ ਆਖਿਆ ਚਲੋ ਚਸਮਤ ਲੈਨੇ ਆ ਸਾਰੇ ਯਾਰ ਸੱਜਣ ਜਿਹੜੇ ਨੇ ਇਕੱਠੇ ਹੋਣ ਕਰਨ ਦੇ ਜੀ ਚਲੋ ਜਫਾ ਜਫਾ ਮਾਰ ਕੇ ਮਿਲਣ ਦੇ ਬਹਿਣ ਖਲਾਉਣ ਦੇ ਜਿਹੜਾ ਕੋ ਰਿੰਜਰਾ ਦੀ ਹੋਵੇ ਉਹ ਵੀ ਉਸੇ ਆਪੇ ਦਾ ਚਲੋ ਰਾਜੀ ਬਾਜੀ ਕ੍ਰਿਸ਼ਨਾਂ ਦੇ ਓਹ ਲਿਆ ਕਰਦਾ ਕੰਮ ਵੈਰੀ ਗੁੱਡ ਭਾਜੀ ਸਮਾਚਾਰ ਅਸੀਂ ਆਨੇ ਚਲੋ ਦਿਲ ਹੋਰ ਵੀ ਬੰਦਿਆਂ ਦਾ ਵਧੇ ਜੀ ਇਹ ਸ਼ੌਕ ਹੋਰ ਉੱਠੇ ਬੱਕਰੀ ਸ਼ਕਰੀ ਹੋਰ ਬੰਦੇ ਰੱਖਣ ਲੈ ਲੈ ਬਣਾਉਣ ਹੋਰ ਬੱਕਰੇ ਹੋਣ ਜ਼ਿਆਦਾ ਹੋਣ ਬੱਕਰੇ ਜੀ ਜਿੰਨੇ ਜੋੜ ਹੋਣ ਉਹ ਨਹੀਂ ਥੋੜੇ ਨੇ ਚਸਮਸ ਜੇ ਲੈਣੀ ਹੈ ਯਾਨਕਿ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਗੁਜਰਾਤੀ ਜਿਹੜੀ ਸੱਭਿਆਚਾਰਤ ਤੁਸੀਂ ਹੁਣ ਮੁਤਾਰਫ ਕਰਾ ਰਹੇ ਹੋ ਜੀ ਬਿਲਕੁਲ ਹਾਂਜੀ ਜੀ ਬਿਲਕੁਲ ਕਿਸੇ ਨਾਲ ਕੋਈ ਮਤਲਬ ਹੈ ਫਸਾਦ ਲੜਾਈ ਦਾ ਕੋਈ ਮਿਸ਼ਨ ਨਹੀਂ ਕੋਈ ਬਾਝੇ ਵਾਲਾ ਮਸਲਾ ਨਹੀਂ ਸ਼ੁਗਲ ਮੇਲਾ ਕਰਾ ਰਹੇ ਆ ਅਸੀਂ ਸਾਡੇ ਪਿੰਡ ਹੋਰਸ ਹੁੰਦਾ ਜੀ ਸਾਡੇਆਂ ਸ਼ਾਨਿਆਂ ਪੀਰਾਂ ਕਰਮਾਂ ਆਂਦਾ ਪੀਰ ਨੇ ਸਾਡੇ ਜੀ ਉਹਨਾਂ ਦੀ ਵਜ੍ਹਾ ਤੋਂ ਆਖਿਆ ਜੇ ਮੇਲਾ ਹੁੰਦਾ ਸ਼ੁਗਲ ਮੇਲਾ ਅੱਗੇ ਵੀ ਲੱਗਦਾ ਹੁੰਦਾ ਸੀ ਵੱਡੇ ਸਾਡੇ ਫੌਤ ਹੋ ਗਏ ਨ ਬਚਤੀ ਉਹ ਵੀ ਲਾਂਦੇ ਹੁੰਦੇ ਸਨ ਜੀ ਉਹਦੀ ਵਜ੍ਹਾ ਤੋਂ ਆਪਾਂ ਬਾਝੇ ਆਖਿਆ ਚਲੋ ਠੀਕ ਹੈ ਸ਼ੌਕ ਹੋ ਜਾ ਕਰੇ ਮਛਰ ਜੇ ਕੋ ਆਰ ਸਾਲ ਅੱਲਾ ਦੇ ਹੁਕਮ ਨਾਲ ਕਰਾਂ ਕਰਾਂਗਾ ਅੱਛਾ ਮੈਨੂੰ ਇਹ ਦੱਸੋ ਕਿ ਤੁਹਾਡੇ ਇਸ ਟੂਰਨਾਮੈਂਟ ਦੀ ਕੀ ਤਰੀਖ ਹੈ 21 ਵਾਰੀ ਮਤਲਬ ਦੇਸੀ ਮਹੀਨੇ ਨਾਲ ਤੁਸੀਂ ਇਹਨੂੰ ਕੀ ਨਾਮ ਰੱਖਿਆ ਤੇ ਅੰਗਰੇਜ਼ੀ ਮਹੀਨੇ ਨਾਲ ਕੀ ਡੇਟ ਰੱਖੀ ਤੁਸੀਂ ਭਾਜੀ 22 ਤਰੀਖ ਜੇ ਜੀ ਇਹ ਜਿਹੜੇ ਹੁਣ ਮਹੀਨਾ ਸ਼ੁਰੂ ਹੋਇਆ ਇਹ ਮਹੀਨੇ ਦਾ ਕੀ ਨਾਂ ਹੈ ਇਹ ਭਾਜੀ ਇਹ ਮਹੀਨਾ ਜਿਹੜਾ ਚੱਲਣਾ ਗੂ 14 ਤਰੀਕ ਚੜ ਜੇ ਦਾ ਸੇ ਹਸੇ ਜੀ ਉਹਦੀ 7 ਹੋਵੇਦੀ ਸੇ ਦੀ ਜੀ 23 ਹੋਵੇਦੀ ਜੀ ਉਹ ਭਾਜੀ ਮੇਰਾ ਉੱਥੇ ਕਰਮਾ ਵਾਲਾ ਸਾਡੇ ਪਿੰਡ ਤੇ ਉੱਥੇ ਭੇੜ ਹੋਵੇਦੀ ਮੰਜੂ ਚੱਕ ਜੀ ਮਨ ਚੱਕ ਐ ਆਦਾ ਹੀ ਖੂਈ ਤੁਮੀ ਰਾਏ ਤੇ ਕਾਲੇ ਚੱਕ ਵਾਲਾ ਸਟਾਪ ਹੈ ਸਾਡਾ ਉੱਥੋਂ ਮੇਰਾ ਆਏ ਤੁਹਾਡੇ ਕੋਲੇ ਬੰਦੇ ਰਾਤ ਨੂੰ ਆ ਜਾਂਦੇ ਨੇ ਜਾਂ ਮਤਲਬ ਸਵੇਰ ਦੇ ਟਾਈਮ ਤੇ ਭਾਜੀ ਕਈ ਰਾਤ ਨੂੰ ਵੀ ਆ ਜਾਂਦੇ ਨੇ ਦੂਰੋਂ ਕਈ ਸਵੇਰ ਵੀ ਆਉਂਦੇ ਨੇ ਜਿਹੜੇ ਬੰਦੇ ਤੁਹਾਡੇ ਕੋਲ ਰਾਤ ਨੂੰ ਆਉਂਦੇ ਨੇ ਜੀ ਉਹਨਾਂ ਦੇ ਜਾਨਵਰਾਂ ਦੀ ਦੇਖਭਾਲ ਔਰ ਉਹਨਾਂ ਦੀ ਰਿਹائش ਦਾ ਤੁਸੀਂ ਇੰਤਜ਼ਾਮ ਕੀਤੇ ਆ ਇਹ ਬਿਲਕੁਲ ਭਾਜੀ ਕੀਤੇ ਆ ਰੋਟੀ ਟੁਕਰ ਵੀ ਲੱਭੇਦਾ ਮਨੀਆਂ ਵੀ ਲੱਭਣ ਦੀਆਂ ਸਭ ਕੁਝ ਲੱਭੇਦਾ ਬੱਕਰਿਆਂ ਦੇ ਬੰਨਣ ਨੂੰ ਥਾਂ ਵੇਦੀ ਧਿਆਨ ਵੀ ਰੱਖਾਂਦੇ ਖਾਣ ਪੀਣ ਬੱਕਰਿਆਂ ਦਾ ਜੋ ਮੰਗਣ ਦੇ ਧਿਆਨ ਦੇ ਜੀ ਜੀ ਭਾਜੀ ਤੇ ਪੇੜਾਂ ਦਾ ਜਿਹੜਾ ਟਾਈਮ ਹੈ ਉਹ ਕਿੰਨੇ ਵਜੇ ਸ਼ੁਰੂ ਹੋਵੇਦਾ ਉਹ ਭਾਜੀ 8 ਵਜੇ ਸ਼ੁਰੂ ਹੋ ਜੇਦਾ ਸਵੇਰ 8 ਤਦ ਲੈ 10:00 12:00 ਵਜੇ 10:00 ਵਜੇ ਪਾ ਜੀ ਖਤਮ ਹੋ ਜਾਂਦਾ ਕਿਉਂਕਿ ਸਾਰਿਆਂ ਫਿਰ ਜਾ ਕੇ ਬੱਕਰੀਆਂ ਸ਼ਕਰੀਆਂ ਖੋਲਣੀਆਂ ਹੁੰਦੀਆਂ ਨੇ ਜੀ ਜੀ ਇਹ ਗੱਲ ਹੈ ਸਾਰਿਆਂ ਬੱਕਰੀਆਂ ਸ਼ਕਰੀਆਂ ਖੋਲਦੇ ਨੇ ਠੀਕ ਹੋ ਗਿਆ ਮਾਸ਼ਾਅੱਲਾ ਬੜਾ ਪਿਆਰਾ ਤੁਸੀਂ ਟਾਈਮ ਰੱਖਿਆ ਲਓ ਜੀ ਭਾਈ ਜਾਸ ਸਾਹਿਬ ਮੈਨੂੰ ਇਹ ਦੱਸੋ ਕੋਈ ਐਸਾ ਪੈਗਾਮ ਤੁਸੀਂ ਦੇਣਾ ਚਾਹੋ ਗੁਜਰਾਤੀ ਬਿੱਤਲ ਬੱਕਰੀਆਂ ਵਾਲਿਆਂ ਨੂੰ ਸ਼ਿਕਾਰੀਆਂ ਨੂੰ ਜਿਹੜੇ ਬੱਕਰੀਆਂ ਦੇ ਪੇੜ ਕਰਾਂਦੇ ਰਹੇ ਜਾਂ ਪੇੜ ਬੱਕਰੇ ਲੜਾਣੇ ਵਾਸਤੇ ਲੈ ਕੇ ਆਉਂਦੇ ਰਹੇ ਉਹ ਨਾ ਕੋਈ ਅਸਾ ਪੈਗਾਮ ਤੁਸੀਂ ਦੇਣਾ ਚਾਹੋ ਤਾਂ ਦਿਓ ਜੀ ਮੌਲਵੀ ਜੀ ਕੋਈ ਅਸੀਂ ਪੈਗਾਮ ਹੈ ਦੇਣਾ ਚਾਹਨੇ ਆ ਕੋਈ ਰੈਂਜ ਰਾਜ਼ੀ ਹੋਵੇ ਸਾਡੇ ਨਾਲ ਜੀ ਬਾਦਸ਼ਾਹ ਆਜੇ ਬੱਕਰਾ ਲੈ ਕੇ ਆਜੇ ਅਸੀਂ ਕੋਈ ਕਿਸੇ ਨਾਲ ਰੈਂਜ ਨਹੀਂ ਅਸੀਂ ਖਿਦਮਤਾਂ ਦੀ ਕਰਾਂ ਦੇ ਫੁੱਲ ਜੀ ਉਹਨੂੰ ਥਾਂ ਦਿਆਂ ਦੇ ਸੌਂਣ ਨੂੰ ਦਿਆਂ ਦੇ ਬੈਣ ਨੂੰ ਦਿਆਂ ਦੇ ਬੱਕਰੇ ਉਹਦੀ ਵੀ ਖਿਦਮਤ ਕਰਾਂ ਦੇ ਉਹਦੀ ਵੀ ਕਰਾਂ ਦੇ ਜੀ ਕੋਈ ਮਸਲਾ ਨਹੀਂ ਹੈ ਵਜਾ ਜੇ ਕੋਈ ਸਾਡੇ ਨਾਲ ਰੈਂਜ ਰਾਜ਼ੀ ਹੈ ਉਹ ਬੇਸ਼ੱਕ ਮਟਾ ਦੇ ਅਸੀਂ ਕਿਸੇ ਨਾਲ ਰੈਂਜ ਨਹੀਂ ਠੀਕ ਹੈ ਬਾਜੀ ਅਸੀਂ ਤਾਬਿਆਦਾਰ ਆ ਜਿਹੜਾ ਕੋਈ ਬੱਕਰਾ ਲੈ ਕੇ ਆਜੇ ਉਹਦੀ ਖਿਦਮਤ ਕਰਾਂ ਦੇ ਬਾਦਸ਼ਾਹ ਸ਼ੌਕ ਹੈ ਸ਼ੁਗਲ ਮੇਰਾ ਲਵਾਨਾ ਅਸਾਂ ਨਹੀਂ ਹਾਂ ਲਗਾ ਬਾਸ਼ਤ ਆ ਬੇ ਮਾਸ਼ਾ ਅੱਲਾ ਮਾਸ਼ਾ ਅੱਲਾ ਦਿਲ ਬੜਾ ਰਾਜ਼ੀ ਹੋਇਆ ਬੜੀ ਸੋਹਣੀ ਤੁਸੀਂ ਗੱਲ ਕੀਤੀ ਏ ਕਿ ਜਿਹੜਿਆਂ ਦੋਸਤਾਂ ਦੇ ਦਿਲੋਂ ਚ ਕੋਈ ਅਸੀਮੈਲ ਤੇ ਬਰਾਏ ਮਿਹਰਬਾਨੀ ਤੁਹਾਡਾ ਕਹਿਣ ਦਾ ਮਕਸਦ ਕੱਢ ਦਿਓ ਜੀ ਬਿਲਕੁਲ ਤੁਹਾਡੀ ਕਿਸੇ ਨਾਲ ਕੋਈ ਨਾਰਾਜ਼ਗੀ ਨਹੀਂ ਹੈ ਤੇ ਮਜ਼ੀ ਇੱਥੇ ਲੜਾਈ ਝਗੜੇ ਵਾਤੇ ਜਾਂ ਮਤਲਬ ਵੈਰ ਬਣਾਉਣੇ ਵਾਤੇ ਕੋਈ ਇਹ ਪ੍ਰੋਗਰਾਮ ਤੁਸੀਂ ਨਹੀਂ ਕਰ ਰਹੇ ਜੀ ਬਿਲਕੁਲ ਨਹੀਂ ਬਿਲਕੁਲ ਸਹੀ ਹੋ ਗਿਆ ਆਪਣਾ ਰابطਾ ਨੰਬਰ ਦਿਓ ਹਾਂ ਜਦ ਨਾਲ ਕੋ ਤੁਹਾਡੇ ਦੋਸਤ ਭਰਾ ਤੁਹਾਡਾ ਰابطਾ ਕਰ ਲੈਣ ਜੀ ਨੰਬਰ ਲਿਖਣਾ ਬਾਦਸ਼ਾ 0307 6213 234 0347 6019 272 ਨੰਬਰ ਨੇ ਭਾਜੀ ਇਹਦੇ ਤੇ ਵਟਸਐਪ ਕਿਤੇ ਤੇ ਚੱਲਦਾ ਜੀ ਜੀ ਵਟਸਐਪ ਭਾਜੀ ਕੋ ਨਹੀਂ ਜੇ ਮੈਂ ਬਣਾਇਆ ਤੇ ਬਣਾ ਲਾਂ ਅੱਲ੍ਹਾ ਦੇ ਹੁਕਮ ਨਾਲ ਠੀਕ ਹੈ ਯਾਨੀ ਕਿ ਬਿਗੈਰ ਵਟਸਐਪ ਤੁਹਾਡਾ ਨੰਬਰ ਹੈ ਜੀ ਵੈਸੇ ਕੋ ਬੰਦਾ ਤੁਹਾਡਾ ਰابطਾ ਕਰ ਲੈ ਕਿਸੇ ਨੇ ਮੱਕੜਾ ਲੜਾਣਾ ਆਵੇ ਐਂਟਰੀ ਲੈਣੀ ਹੋਵੇ ਤੁਹਾਡਾ ਰابطਾ ਕਰ ਲੈ ਜੀ ਉਹ ਵੀ ਨੰਬਰ ਲਿਖਾ ਦਿੰਦੇ ਆ ਵਟਸਐਪ ਦਾ ਭਾਜੀ ਨੰਬਰ ਬਣਿਆ ਲਿਖਾ ਦਿੰਦੇ ਆ ਤੁਹਾਨੂੰ ਉਹ ਵੀ ਬੋਲੋ ਵ ਆਦਨਿਆ ਲਹਾਵ ਹਤਰਾ ਜੀ ਪਾਜੀ 0320 320 ਜੀ 71020 71020 45 ਇਹਦੇ ਪਾਜੀ WhatsApp ਬਣੀ ਆ ਆਪਣੀ ਸਾਡੇ ਕੋਲ ਨਿਕੇ ਪਤਰੀਏ ਕੋਲੇ ਤੇ ਇਹਦੇ ਰਾਬਤਾ ਕਰ ਸਕਦਾ WhatsApp ਦੇ ਜਿਹੜੇ ਦੋ ਨੰਬਰ ਲਿਖਾਏ ਨੇ ਉਹਨਾਂ ਤੇ ਮੇਰੇ ਨਾਲ ਰਾਬਤਾ ਕਰ ਸਕਦਾ ਹੈ ਵੀ WhatsApp ਤੇ ਵੀ ਆ ਜਾਈ ਦੀ ਕਾਲ ਉਹ ਵੀ ਕੋਈ ਮਸਲਾ ਨਹੀਂ ਉਹ ਘਾਰ ਹੀ ਹੁੰਦਾ ਨਿਕਾ ਆਪਣਾ ਲੋ ਜੀ ਇਹਦੇ ਨਾਲ ਇਹ ਆਪਣੇ ਮੇਜ਼ਬਾਨ ਮਲਕ ਫਿਆਜ਼ گور ਨੂੰ ਇਜਾਜ਼ਤ ਦਿਓ ਪਾਕਿਸਤਾਨ ਜ਼ਿੰਦਾਬਾਦ